ਸਾਰੀ ਸੇਵਾ ਲੱਗੇ ਹੋਏ ਆ। ਕਾਰਨ ਮੈਂ ਕਹਿੰਦਾ ਤੁਸੀਂ ਮੈਕ ਕੈਮਰਾ ਛੱਡ ਕੇ ਤੁਸੀਂ ਵੀ ਸ਼ਬੀਲ ਵਰਤਾਓ ਤਾਂ ਜ਼ਿਆਦਾ। ਬਾਕੀ ਅਸੀਂ ਬੇਨਤੀ ਕੀਤੀ ਸੀ, ਸਾਰੇ ਸੇਵਾਦਾਰ ਹੋਰ ਮੁੰਡੇ ਬਹੁਤ ਆਈ ਜਾਂਦੇ ਨੇ। ਸੋ ਗੱਲ ਇਹ ਆ ਜੀ, ਇਹ ਸਿਹਰਾ ਜਾਂਦਾ ਸਾਰਾ ਨਿੰਜੇ ਨੂੰ। ਲੋਕੀ ਖੁਸ਼ ਆ, ਲੋਕਾਂ ਦੇ ਵਿੱਚ ਰੱਬ ਵੱਸਦਾ ਹਨਾ। ਸ਼ੁਕਰੀਆ ਸਰ, ਥੈਂਕ ਯੂ। ਪੰਜਾਬ 'ਚ ਤਾਂ ਹਰ ਸਾਲ ਹੀ ਬਹੁਤ ਗਰਮੀ ਪੈਂਦੀ ਹੈ, ਪਰ ਇਸ ਸਾਲ ਦੀ ਗਰਮੀ ਨੇ ਤਾਂ ਖਾਸ ਹੀ ਵੱਟ ਕੱਢ ਰੱਖੇ ਨੇ। ਇਸ ਮੌਕੇ ਲੋਕ ਗਰਮੀ ਤੋਂ ਬਚਣ ਲਈ ਬਹੁਤ ਕੁਝ ਕਰਦੇ ਨੇ, ਹਾਲਾਂਕਿ ਗਰਮੀ ਘਟਾਈ ਤਾਂ ਨਹੀਂ ਜਾ ਸਕਦੀ, ਪਰ ਗਰਮੀ ਤੋਂ ਬਚਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਨੇ। ਅਤੇ ਸਾਡੇ ਪੰਜਾਬੀਆਂ ਦੀ ਇੱਕ ਖਾਸੀਅਤ ਹੈ ਕਿ ਅਸੀਂ ਗਰਮੀ ਤੋਂ ਸਿਰਫ ਖੁਦ ਦਾ ਬਚਾਅ ਹੀ ਨਹੀਂ ਕਰਦੇ, ਅਸੀਂ ਆਪਣੇ ਨਾਲ ਵਾਲਿਆਂ ਦਾ ਬਚਾਅ ਵੀ ਕਰਦੇ ਹਾਂ, ਅਤੇ ਇਸ ਸਭ ਚੀਜ਼ਾਂ ਲਈ ਛਬੀਲਾਂ ਵੀ ਲਗਾਈਆਂ ਜਾਂਦੀਆਂ ਨੇ। ਅਤੇ ਅੱਜ ਅਸੀਂ ਮੌਜੂਦ ਹਾਂ ਇੱਕ ਹੋਰ ਛਬੀਲ 'ਚ, ਜਿੱਥੇ ਬਹੁਤ ਸਾਰੇ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸਿੰਗਰਸ ਵੀ ਮੌਜੂਦ ਨੇ। ਉਹਨਾਂ ਵਿੱਚ ਮੌਜੂਦ ਨੇ ਜੀ ਖਾਨ, ਹਰਫ ਚੀਮਾ, ਵੱਡਾ ਗਰੇਵਾਲ ਅਤੇ ਨਿੰਜਾ। ਉਹ ਛਬੀਲ ਲਗਾ ਰਹੇ ਨੇ, ਅਤੇ ਇਸ ਵਾਰ ਦੀ ਖਾਸ ਗੱਲ ਇਹ ਹੈ ਕਿ ਉਹ ਛਬੀਲ ਇਹਨਾਂ ਵੱਲੋਂ ਖੁਦ ਤਿਆਰ ਕੀਤੀ ਜਾ ਰਹੀ ਹੈ। ਅਤੇ ਇਸ ਛਬੀਲ ਦੇ ਨਾਲ ਨਾਲ ਸਾਨੂੰ ਮਿਲ ਰਹੇ ਨੇ ਛੋਲੇ ਕੁਲਚੇ ਵੀ, ਅਤੇ ਇੱਥੇ ਬਹੁਤ ਸਾਰੇ ਲੋਕ ਪਹੁੰਚ ਰਹੇ ਨੇ। ਇਹ ਛਬੀਲ ਲਗਾਈ ਜਾ ਰਹੀ ਹੈ ਬਿਲਕੁਲ ਡੇਲੀ ਪੋਸਟ ਆਫਿਸ ਦੇ ਸਾਹਮਣੇ, ਸੈਕਟਰ 82 'ਚ ਏਅਰਪੋਰਟ ਰੋਡ 'ਤੇ। ਹਾਲਾਂਕਿ ਉਹਨਾਂ ਦੀ ਇਸ ਕਦਮ ਦੀ ਚੰਗੀ ਸ਼ਲਾਘਾ ਕੀਤੀ ਜਾ ਰਹੀ ਹੈ। ਉਹ ਦੱਸ ਰਹੇ ਨੇ ਕਿ ਅਸੀਂ ਸਾਰਾ ਕੁਝ ਖੁਦ ਤਿਆਰ ਕੀਤਾ ਹੈ, ਅਤੇ 4 ਸਿੰਗਰਸ ਮਿਲ ਕੇ, ਹੋਰ ਇੱਥੋਂ ਸਥਾਨਕ ਲੋਕਾਂ ਨਾਲ ਮਿਲ ਕੇ ਛਬੀਲ ਲਗਾ ਰਹੇ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਵੇਂ ਸਾਰੇ ਸਿੰਗਰਸ ਜੋ ਨੇ ਖੁਦ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾ ਰਹੇ ਨੇ, ਅਤੇ ਨਾਲ ਹੀ ਸੰਗਤ ਨੂੰ ਛੋਲੇ ਕੁਲਚੇ ਵੀ ਵਰਤਾ ਰਹੇ ਨੇ। ਬਣਾ ਵੀ ਖੁਦ ਰਹੇ ਨੇ ਅਤੇ ਵਰਤਾ ਵੀ ਖੁਦ ਰਹੇ ਨੇ ਜੀ। ਤਾਂ ਇੱਥੇ ਠੰਡੇ ਮਿੱਠੇ ਪਾਣੀ ਦੀ ਛਬੀਲ ਲੱਗੀ ਹੈ। ਇੱਥੇ ਸਾਡੇ ਨਾਲ ਮੌਜੂਦ ਨੇ ਸਿੰਗਰ ਨਿੰਜਾ, ਜਿਸ ਨੂੰ ਤੁਸੀਂ ਸਾਰੇ ਜਾਣਦੇ ਹੋ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਇਹ ਤੁਸੀਂ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਹੈ, ਤਾਂ ਇਸ 'ਤੇ ਕੀ ਕਹਿਣਾ ਚਾਹੋਗੇ ਕਿ ਗਰਮੀ ਨੂੰ ਸਭ ਦਾ ਪਲਾਨ ਸੀ ਇਹ ਮਿਲ ਕੇ? ਨਹੀਂ ਜੀ, ਬਸ ਸੇਵਾ ਦਾ ਸੀ, ਸੇਵਾ ਦਾ ਮੌਕਾ ਸੀ, ਮਾਹੌਲ ਸੀ, ਅਤੇ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ, ਅਤੇ ਸਾਰੇ ਜਾਣੇ ਅਸੀਂ ਸਾਰੀ ਸੇਵਾ ਲੱਗੇ ਹੋਏ ਹਾਂ। ਕਾਰਨ ਮੈਂ ਕਹਿੰਦਾ ਤੁਸੀਂ ਮੈਕ ਕੈਮਰਾ ਛੱਡ ਕੇ ਤੁਸੀਂ ਵੀ ਛਬੀਲ ਵਰਤਾਓ ਤਾਂ ਜ਼ਿਆਦਾ ਜੀ। ਜ਼ਰੂਰ ਛਬੀਲ ਛਕਾਂਗੇ। ਅਤੇ ਇਸ ਦੇ ਨਾਲ ਹੀ ਅਸੀਂ ਪੁੱਛੀਏ, ਨਹੀਂ ਮੈਂ ਹੀ ਪੁੱਛਣਾ ਚਾਹ ਰਹੀ ਸੀ ਕਿ ਪਹਿਲਾਂ ਹੀ ਸਭ ਦਾ ਪਲਾਨ ਸੀ ਕਿ ਇਮੀਡੀਏਟਲੀ ਇੱਥੇ ਪਹੁੰਚ ਕੇ ਦੇਖਿਆ ਕਿ ਛਬੀਲ ਲਗਾਉਣੀ ਆ? ਨਹੀਂ ਭੈਣੇ, ਗਰਮੀ ਬਹੁਤ ਸੀ ਹੈ ਨਾ, ਅਤੇ ਬਸ ਅਸੀਂ ਬੈਠੇ ਸੀ ਸਾਰੇ ਇੱਕ ਦਿਨ, ਅਸੀਂ ਸੋਚਿਆ ਵੀ ਸਾਰੇ ਰਲ ਕੇ ਛਬੀਲ ਲਾਈਏ ਆਪਾਂ ਨਾ, ਅਤੇ ਨਾਲੇ ਤਾਂ ਚਲੋ ਗਰਮੀ ਤੋਂ ਰਾਹਤ ਹੋ ਜੂਗੀ ਥੋੜ੍ਹੀ ਜਿਹੀ ਨਾ, ਅਤੇ ਬਾਕੀ ਸੇਵਾ ਹੋ ਜੂਗੀ ਜੀ, ਅਤੇ ਕਦੇ ਕਦੇ ਮਿਲਦੇ ਨੇ ਮੌਕੇ। ਬਸ ਸਾਰੀ ਅੱਜ ਜਿੰਨੇ ਵੀ ਮਿਲਦਾ ਵੀ ਸਾਰੇ ਆਈ ਜਾਂਦੇ ਨੇ, ਜਿਹਨੂੰ ਜਿਹਨੂੰ ਫੋਨ ਕਰੀ ਜਾਂਦੇ ਸਾਰੇ ਭਰਾ ਆਈ ਜਾਂਦੇ ਨੇ। ਬਾਕੀ ਅਸੀਂ ਬੇਨਤੀ ਕੀਤੀ ਸੀ, ਸੋ ਸਾਰੇ ਸੇਵਾਦਾਰ ਹੋਰ ਮੁੰਡੇ ਬਹੁਤ ਆਈ ਜਾਂਦੇ ਨੇ ਘਰਾਂ 'ਚੋਂ। ਅਤੇ ਇਸ ਦੇ ਨਾਲ ਹੀ ਅਸੀਂ ਇਹ ਪਹਿਲੀ ਵਾਰ ਦੇਖ ਰਹੇ ਕਿ ਖੁਦ ਹੀ ਤਿਆਰ ਕਰ ਰਹੇ ਨੇ ਨਾ ਸਾਰਾ ਲੰਗਰ ਛਬੀਲ ਦਾ ਪਾਣੀ ਵੀ। ਹਾਂ ਜੀ, ਇਹ ਛੋਟੇ ਹੁੰਦੇ ਸਾਰੇ ਜਣੇ ਲੰਗਰਾਂ 'ਚ ਰਹੀ ਹਾਂ, ਅਤੇ ਆਉਂਦਾ ਹੀ ਇੰਨਾ ਕੁ ਦਾ ਜੀ ਖਰ। ਅਤੇ ਬਾਕੀ ਬਸ ਇਹੀ ਆ ਜੀ ਬੇਨਤੀ, ਤੁਸੀਂ ਵੀ ਛਕਿਓ ਦੱਸਿਓ। ਹਾਂਜੀ ਹਾਂ, ਕਿਵੇਂ ਲੱਗਿਆ? ਠੀਕ ਹੈ, ਧੰਨਵਾਦ ਭੈਣੇ ਤੁਹਾਨੂੰ। ਤੁਹਾਡਾ ਅੱਜ ਹੀ ਸੇਵਾ ਦਾ ਪਲਾਨ ਬਣਿਆ? ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੱਲ ਇਹ ਆ ਜੀ, ਇਹ ਸਿਹਰਾ ਜਾਂਦਾ ਸਾਰਾ ਨਿੰਜੇ ਨੂੰ। ਨਿੰਜਾ ਹਰ ਵਾਰੀ ਹਰ ਸਾਲ ਕਰਦੇ ਆ, ਅਸੀਂ ਤੁਸੀਂ ਨਹੀਂ ਆਏ, ਅਸੀਂ ਪਿਛਲੇ ਸਾਲ ਵੀ ਆਏ ਸੀਗੇ, ਤੁਸੀਂ ਇਸ ਸਾਲ ਆਏ ਹੋ। ਅਤੇ ਗਰਮੀ ਦਾ ਬਹੁਤ ਸਮਝ ਲਓ ਵੀ ਕਹਿਰ ਹੀ ਹੈ, ਜਦੋਂ ਇਹ ਛਬੀਲ ਚੱਲੀ ਸਾਡੇ ਕੋਲ ਲੈ ਹੀ ਨਹੀਂ ਟੁੱਟੀ। ਆ ਸਾਰੇ ਵਿਚਾਰੇ ਪਾਣੀ ਪੀ ਕੇ ਸਾਨੂੰ ਦੁਆਵਾਂ ਦਿੰਦੇ ਆ ਨਾ, ਚਲੋ ਮਾਲਕ ਖੁਸ਼ ਹੁੰਦਾ, ਸਾਡਾ ਹੋਰ ਕੀ ਆ, ਲੋਕ ਖੁਸ਼ ਆ, ਲੋਕਾਂ ਦੇ ਵਿੱਚ ਰੱਬ ਵੱਸਦਾ ਹੈ ਨਾ।
ਬਾਕੀ ਐਨਕ ਮੈਂ ਤਾਂ ਲਾਈ ਹੈ, ਮੇਰੀ ਅੱਖ 'ਚ ਕੁਛ ਰਾਤ ਪੈ ਗਿਆ ਸੀਗਾ ਇਸ ਕਰਕੇ ਲਾਈ ਵੀ ਨਹੀਂ, ਸੇਵਾ 'ਚ ਐਨਕ ਨਹੀਂ ਲਾਈ, ਹਾਂ ਸਪੈਸ਼ਲ ਨਹੀਂ ਲਾਈ, ਮੇਰੀ ਅੱਖ 'ਚ ਕੁਛ ਪੈ ਗਿਆ ਸੀ ਰਾਤ, ਉਹ ਤਾਂ ਕਰਕੇ ਲਾਈ ਵੀ ਹੈ। ਥੈਂਕ ਯੂ, ਤੁਸੀਂ ਆਏ, ਤੁਸੀਂ ਪਾਣੀ ਪੀ ਲਿਆ? ਪੀਨੇ ਆ ਜੀ ਬਸ ਹੁਣ ਜੀ, ਸ਼ੁਕਰੀਆ ਸਰ, ਥੈਂਕ ਯੂ। ਤਾਂ ਹੁਣ ਜੀ